ਬਿਆਨ ਆਇਆ ਸੀ ਜੀ, ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ, ਇਹ ਆਪ ਬਲੈਕ ਕਰਦੇ ਸੀ ਜੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ, ਇਹਨਾਂ ਨੇ ਮੇਰੀ ਨਾ ਸੁਣੀ, ਮੈਂ ਭੱਜ ਗਈ ਸੀ ਛੱਡ ਕੇ, ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ, ਮੁੰਡਾ ਕਿਤੇ ਦਿੱਲੀ ਗਿਆ, ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮੈਂ ਤਾਂ ਮੈਂ ਜਾਣਾ। ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ, ਉਹ ਨਹੀਂ ਰੁਕਿਆ। ਤੁਹਾਡੇ ਨਾਲ ਰਹਿੰਦਾ ਸੀ ਜੀ? ਨਹੀਂ, ਨਾਲ ਨਹੀਂ ਸੀ, ਪਾਸੇ ਰਹਿੰਦਾ ਸੀ। ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹਿ ਰਹੇ ਹੋਗੇ? 12-13 ਸਾਲ ਤੋਂ ਅਲੱਗ ਰਹਿ ਰਹੇ ਹਾਂ ਜੀ। ਤੇ ਅੱਜ ਤੁਸੀਂ ਕਿਵੇਂ ਆਏ ਹੋਗੇ ਉਰੇ, ਕੀ ਕਰਨ ਵਾਸਤੇ ਆਏ ਹੋ? ਕਿਸਨੇ ਤੁਹਾਨੂੰ ਉਰੇ ਲੱਗਿਆ ਹੋਣਾ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ? ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ? ਪਹਿਲੇ ਦਿਨ ਹੀ ਲੱਗੇ ਕੀਦਾ ਪ੍ਰੈਸ਼ਰ ਸੀ ਜੀ? ਤੁਸੀਂ ਦੇਰ ਕਿੱਥੇ ਰਹਿੰਦੇ ਰਹੇ? ਪਹਿਲਾਂ 4 ਸਾਲ ਸਾਡੇ ਕੋਲੇ ਰਹੇ, ਉਸ ਤੋਂ ਬਾਅਦ ਅਸੀਂ ਦੋ ਗੁੱਡੀਆਂ ਜਿਹੜੀਆਂ ਨੇ, ਇੱਕ ਮੈਰਿਡ ਵੀ ਹੈ? ਸ਼ੁਭਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ? 12-13 ਸਾਲ ਤੋਂ ਨਹੀਂ ਰਹਿੰਦਾ ਜੀ। ਕਿੱਥੇ ਰਹਿੰਦਾ ਸੀਗਾ? ਇਹ ਆਪਦੇ ਪਿੰਡ ਹੀ ਰਹਿੰਦਾ ਸੀ, ਕਿਤੇ ਵਗ ਗਿਆ, ਕਿਤੇ ਪਿੰਡ ਆ ਗਿਆ, ਕਿਤੇ ਪਿੰਡ। ਤੁਸੀਂ ਕਿੱਥੇ ਰਹਿੰਦੇ ਸੀ? ਮੈਰਿਜ ਹੋਈ ਨੀ? ਹੋਈ ਵੀ ਹੈ ਜੀ। ਅੱਛਾ, ਦੁਬਾਰਾ ਮੈਰਿਜ? ਹਾਂਜੀ ਹਾਂਜੀ ਜੀ ਜੀ। ਹੁਣ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ? ਮੈਂ ਮਾਂ ਨਾ ਚਾਹੁੰਦੀ ਆ ਜੀ, ਵੀ ਜੋ ਮੈਨੂੰ ਮਰੀ ਚਾਹੁੰਦਾ ਵੀ ਉਹ ਮੈਂ ਮਰੀ ਨੀ, ਮੈਂ ਸੱਚਮੁੱਚ ਸਾਹਮਣੇ ਖੜੀ ਆ। ਨਹੀਂ, ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਮੁੰਡੇ ਦਾ ਵੀ ਹੋਇਆ ਜੀ, ਮੁੰਡੇ ਦੀ ਮਿੱਟੀ ਬਲੀਤ ਕਰਦੇ ਆ ਵਿਚਾਰੇ ਦੀ, ਉਹਦਾ ਸੰਸਕਾਰ ਹੋ ਜੇ ਕੀ ਫਾਇਦਾ ਹੈ, ਮੈਂ ਉਹਨੂੰ ਰੋਲੇ ਦਾ। ਨਹੀਂ, ਰੋਤ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ? ਨਹੀਂ ਜੀ, ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ, ਹੋਰ ਕਾਈ ਵਾ। ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ, ਅਸੀਂ ਨਾ ਸੰਸਕਾਰ ਹੋਣ ਦੀ ਨਾ ਜੀ, ਮੇਰੇ ਕਿੰਨੀ ਕੋਈ ਕਾਰਵਾਈ ਦੀ ਮੰਗ। ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ, ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ, ਹੁਣ ਉਹਦਾ ਪਾਲਣ ਪੋਸ਼ਣ ਲਾਈਟ ਲਾ ਦੋ, ਕੋਈ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ? ਹਾਂਜੀ, ਉਹੀ ਸੀ। ਤੁਸੀਂ ਤਾਂ ਛੱਡ ਕੇ ਚਲੇ ਗਏ? ਨਹੀਂ ਜੀ, ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ, ਮੇਰੇ ਨਾਲ ਫੋਨ ਤੇ ਹੈਗਾ ਸੀ ਜੀ, ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਘਰੇ ਨਹੀਂ ਵੜਨ ਦੇ ਰਹੇ ਮੇਰੇ ਨਾਲ। ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਤ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ? ਨਹੀਂ ਜੀ, ਮੈਂ ਤਾਂ ਉਹਦੀ ਮਾਤਾ ਆ ਉਹਨੂੰ। ਨਹੀਂ, ਤੁਸੀਂ ਕਿਵੇਂ ਕੀ ਸੋਚਦੇ? ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ, ਗੋਲੀ ਲੱਗੀ ਹੈਗੀ ਉਹਦੇ, ਤੇ ਉਦੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀਤ ਸਮਝਦੇ ਹੋਗੇ? ਜੇ ਜਥੇਬੰਦੀਆਂ ਉਹਦੇ ਹੱਕ ਚ ਖੜੀਆਂ ਨੇਗੀਆਂ, ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ, ਤੁਸੀਂ ਉਹਨੂੰ ਮਿੱਟੀ ਪਲੀਤ ਸਮਝ ਰਹੇ ਹੋ? ਨਹੀਂ, ਮੈਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ? ਹੁਣ ਤੁਹਾਨੂੰ ਕਿਸ ਨੇ ਬੁਲਾਇਆ ਉਰੇ? ਕਿਹਦੇ ਨਾਲ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ, ਦੋ ਭੈਣਾਂ ਰਹਿ ਰਹੀਆਂ ਨੇ ਨਾਲ, ਠੀਕ ਹੈ। ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ, ਡਰਾਈਵਿੰਗ ਕਰਦੇ ਨੇ, ਉਹ ਰਹਿੰਦੇ ਨੇ, ਮਤਲਬ ਉਹ ਅਲੱਗ ਰਹਿ ਰਹੇ ਨੇ, ਫਿਰ ਤੁਸੀਂ ਅਲੱਗ ਰਹਿ ਰਹੇ ਹੋ?
ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨੀ ਰਹਿੰਦੀ ਉਹ ਇਹਦੇ ਨਾਲ ਹੀ ਰਹਿੰਦੀ ਅੱਜ ਤੁਹਾਡੇ ਨਾਲ ਕੁੜੀ ਆਈ ਹੈ ਜੀ ਕੋਈ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਆਉਂਦੀ ਰਹੀ ਹੈ ਛੋਟੀ ਨੇ ਆਪਾਂ ਐਵੇਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਤੱਕ ਚਾਹੀਦੀ ਹੈ ਵੱਡੀ ਆ ਕੇ ਸੌਦੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਹੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਕੋਈ ਨਹੀਂ ਰਹਿੰਦਾ ਬਸ ਠੀਕ ਹੈ ਹੁਣ ਕੀ ਮੰਗਿਆ ਸਰ ਹੁਣ ਤੁਸੀਂ ਕੀ ਕੀਤੇ ਲਾਸਟ ਦੱਸੋ ਮੇਰੇ ਕੰਮ ਕੀ ਆਏ ਹੋ ਲਾਸਟ ਕੀ ਕਰਦੇ ਹੋ ਲੋਕ ਦੇਖਣ ਆਏ ਹਾਂ ਮੁੰਡੇ ਦੇਖਣ ਆਏ ਸੀ ਬਾਕੀ ਉਹਦੀ ਲਾਸ ਨਾ ਉਹ ਹੋਵੇ ਉਹਨੂੰ ਸੀ ਏਡੀ ਉਹ ਦਿੱਤਾ ਜਾਵੇ ਉਹਦਾ ਸੰਸਕਾਰ ਕੀ ਤੁਸੀਂ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਹੈ ਉਹਦਾ ਸਮਰਥਨ ਕਰਦੇ ਹੋਗੇ ਕਿਸੇ ਜਥੇਬੰਦੀ ਨਾਲ ਕੀ ਤੁਹਾਨੂੰ ਲੱਗਦਾ ਹੈਗਾ ਤੁਹਾਡੇ ਬੇਟੇ ਨੇ ਗਲਤੀ ਕਰੀ ਹੈਗੀ ਉੱਥੇ ਜਾ ਕੇ ਨਹੀਂ ਤੁਹਾਨੂੰ ਲੱਗਦਾ ਹੈਗਾ ਜਦੋਂ ਤੁਸੀਂ ਜਥੇਬੰਦੀਆਂ ਨਾਲ ਜਾਂਦਾ ਹੀ ਨਾ ਹੋਰ ਮਾਵਾਂ ਦੇ ਪੁੱਤ ਵੀ ਮੁੜਿਆ ਹੁਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਨ ਕਮਾ ਰਿਹਾ ਅੱਛਾ ਦੂਜੀ ਸ਼ਾਦੀ ਤੋਂ ਤੁਹਾਡੇ ਕਿੰਨੇ ਬੱਚੇ ਦੋ ਲੜਕੇ ਲੈ ਤੁਹਾਡੇ ਉਹ ਹਸਬੰਡ ਨਾਲ ਕੁੜੀ ਆ ਉਹ ਹਸਬੰਡ ਨਾਲ ਆਏ ਨੇ ਤੁਹਾਡੇ ਨਹੀਂ ਨਹੀਂ ਜੀ ਉਹ ਪਾਗਲੇ ਕਿਉਂ ਹੋ ਗਏ ਨੇ ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ